ਸੋ ਹੈਲੋ ਐਂਡ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਲਈ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਤੇ ਮੈਂ ਉਹ ਕੀ ਹੈ ਇੱਕ ਨਵੀਂ ਜਿਹੜੀ ਹੈ ਤੁਹਾਨੂੰ ਅਪਡੇਟ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਇਹ ਕਰ ਲਓ ਇਸ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਕਿਉਂਕਿ ਇਸ ਤੇ ਸਾਰਿਆਂ ਨੂੰ ਨਵੀਂ-ਨਵੀਂ ਅਪਡੇਟ ਤੁਹਾਨੂੰ ਰੋਜ਼-ਰੋਜ਼ ਮਿਲਦੀ ਰਹਿੰਦੀ ਹੈ ਇਸ ਚੈਨਲ ਤੇ ਤੇ ਗੱਲ ਕੀਤੀ ਜਾਏ ਜੀ ਚੰਡੀਗੜ੍ਹ ਪੁਲਿਸ ਦੇ ਵਿੱਚ ਠੀਕ ਹੈ ਨਾ ਜਿਹੜੇ ਜਿੰਨੇ ਵੀ ਸਟੂਡੈਂਟਸ ਜਿਹੜੇ ਨਹੀਂ ਹਲੇ ਸਟਰਗਲ ਕਰ ਰਹੇ ਕਿ ਉਥੇ ਵੀ ਸਾਡੀ ਪੋਸਟ ਜਿਹੜੀ ਪੱਕੀ ਹੋ ਜਾਵੇ ਤੇ ਜੀ ਹਾਂ ਗਾਇਸ ਸਾਡੇ ਲਈ ਚੰਡੀਗੜ੍ਹ ਪੁਲਿਸ ਕਨਸਟੇਬਲ ਦੇ ਵਿੱਚ ਨਿਊ ਵੈਕੈਂਸੀਜ਼ ਜਾਰੀ ਹੋਈਆਂ ਨੇ ਕਿੰਨੀ ਹੈ ਵੈਕੈਂਸੀਆਂ ਕਿਸ ਪੋਸਟ ਤੇ ਹੈ ਕੀ ਕੁਆਲਿਫਿਕੇਸ਼ਨ ਰਹੇਗੀ ਕਿੰਨੀ ਫੀਸ ਹੋ ਸਕਦੀ ਹੈ ਕਦੋਂ ਤੋਂ ਫਾਰਮ ਫਿਲਿੰਗ ਸ਼ੁਰੂ ਹੋਏਗੀ ਸਾਰੀ ਜਾਣਕਾਰੀ ਤੁਹਾਨੂੰ ਸਾਰੇ ਨੂੰ ਆਪਾਂ ਦੇਣ ਜਾ ਰਹੇ ਹਾਂ ਸਭ ਤੋਂ ਪਹਿਲੇ ਗੱਲ ਕੀਤੀ ਜਾਏ ਵੀ ਪੋਸਟ ਕਿਹੜੀ ਹੈ ਤੇ ਕਾਂਸਟੇਬਲ ਦੀ ਵੈਕੈਂਸੀਆਂ ਨਿਕਲੀਆਂ ਨੇ ਠੀਕ ਹੈ ਕਾਂਸਟੇਬਲ ਦੀ ਪੋਸਟ ਹੋਏਗੀ ਚੰਡੀਗੜ੍ਹ ਪੁਲਿਸ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਨੇ ਉਸ ਬਾਰੇ ਗੱਲ ਕੀਤੀ ਜਾਏ ਤੇ ਗਾਇਜ਼ ਇਹ ਹੈਗੀਆਂ ਨੇ 951 ਤੇ ਨਾਲ ਦੇ ਨਾਲ ਜੇ ਦੀ ਗੱਲ ਕੀਤੀ ਜਾਏ ਵੀ ਇਹਦਾ ਕੁਆਲੀਫਿਕੇਸ਼ਨ ਕੀ ਹੈ ਤੇ 12th ਪਾਸ ਮਤਲਬ ਕਿ ਜੇ ਤੁਸੀਂ ਪਲੱਸ 2 ਕੀਤੀ ਹੋਈ ਹੈ ਤੁਸੀਂ ਇਸ ਦਾ ਜਿਹੜਾ ਅਪਲੀਕੇਸ਼ਨ ਫਾਰਮ ਹੈ ਉਹ ਫਿਲ ਕਰ ਸਕਦੇ ਹੋ ਦੂਜੀ ਗੱਲ ਕੀ ਹੈ ਭਈ ਕਿਹੜੀ ਹੈ ਇਹ ਮੇਲ ਤੇ ਫੀਮੇਲ ਦੋਨਾਂ ਦੇ ਲਈ ਹੈ ਠੀਕ ਹੈ ਨਾ ਇਹ ਜਿਹੜੀ ਪੋਸਟ ਹੈ ਮੇਲ ਤੇ ਫੀਮੇਲ ਦੋਨਾਂ ਦੇ ਲਈ ਹੈ ਤੇ ਇੱਕ ਹੋਰ ਗੱਲ ਵੰਦਾਸ ਦਵਾਂ ਕਿ ਜਿਹੜੀ ਫੀਸ ਹੈ ਇਹ ਐਕਸਪੈਕਟ ਕੀਤੀ ਜਾਂਦੀ ਹੈ ਕਿ ਜਿਹੜੀ ਦੀ ਫੀਸ ਹੋਏਗੀ ਹੋ ਸਕਦਾ ਹੈ ਇਹ 500 ਰੁਪਏ ਹੋਵੇ ਜਨਰਲ ਦੇ ਲਈ OBC ਦੇ ਲਈ ਹੋਵੇ 200 ਰੁਪਏ ਤੇ SC ST ਦੀ ਗੱਲ ਕੀਤੀ ਜਾਵੇ ਬਿਲਕੁਲ ਫ੍ਰੀ ਹੈ ਠੀਕ ਹੈ ਤੇ ਹਲੇ ਦੀ ਜਿਹੜੀ ਕੋਈ ਐਪਲੀਕੇਸ਼ਨ ਫਾਰਮ ਕੋਲੋਂ ਤੋਂ ਫਿਲ ਹੋਣੇ ਸ਼ੁਰੂ ਹੋਣਗੇ ਇਹੋ ਜੀ ਕੋਈ ਵੀ ਜਿਹੜੀ ਅਪਡੇਟ ਜਦੋਂ ਵੀ ਸਾਨੂੰ ਮਿਲੇਗੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਬਿਲਕੁਲ ਗਾਇਸ ਜੇ ਕਨਸਟੇਬਲ ਦੀ ਤਿਆਰੀ ਕਰ ਰਹੇ ਹੋ ਤੇ ਹੱਲੇ ਵੀ ਸੁਪਨਾ ਹੈ ਚੰਡੀਗੜ੍ਹ ਪੁਲਿਸ ਦੇ ਵਿੱਚ ਜਾਣ ਦਾ ਤੇ ਉਹ ਸੁਪਨਾ ਤੁਹਾਡਾ ਸাকার ਹੋ ਸਕਦਾ ਹੈ ਜੇਕਰ ਤੁਸੀਂ ਜਿੰਗੀ ਤਨ ਆ ਇੱਕ ਵਾਈ ਤਿਆਰੀ ਕਰ ਲੋ ਕਿਉਂਕਿ ਹੁਣ ਇਹ ਮਾਰਚ 2023 ਤੱਕ ਆ ਗਿਆ ਕਿ ਇਹ ਪੋਸਟਾਂ ਫਿਲ ਹੋ ਸਕਦੀਆਂ ਨੇ ਠੀਕ ਹੈ ਨਾ ਪੂਰੀ ਤਰ੍ਹਾਂ ਤੋਂ ਬਈ ਜਦੋਂ ਕਰਦੇ ਆ ਨਾ ਕਰ ਰਹੇ ਆਪਾਂ ਤਿਆਰੀ ਕਰ ਰਹੇ ਆ ਕਿਸਾ ਤਿਆਰੀ ਕਰਨੀ ਹੈ ਫਿਜ਼ਿਕਲੀ ਵੀ ਫਿਟ ਕਰਨਾ ਹੈ ਆਪਣੇ ਆਪ ਨੂੰ ਤੇ ਇੱਕਦਮ ਤਿਆਰੀ 'ਚ ਲੱਗ ਜਾਓ ਤੇ ਹੋਰ ਵੀ ਲੇਟੈਸਟ ਇਨਫੋਰਮੇਸ਼ਨ ਜਾਣਨ ਲਈ ਕੀ ਕਰਨਾ ਹੈ ਤੁਸੀਂ ਪੰਜਾਬ ਐਗਜ਼ਾਮ ਰਿਜ਼ਲਟ ਗੁਰੂ ਨੂੰ ਸਬਸਕ੍ਰਾਈਬ ਕਰ ਲੈਣਾ ਤੁਸੀਂ ਸਾਇਜ ਨੇ ਸਾਨੂੰ ਟੈਲੀਗ੍ਰਾਮ ਤੇ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਕਿਆ ਹੁੰਦਾ ਜਿੰਨੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਹੋ ਰਹੀ ਹੈ ਲਗਾਤਾਰ ਕਲਾਸਾਂ ਚੱਲ ਰਹੀਆਂ ਨੇ ਸਾਇੰਸ ਦੀ ਚੱਲ ਰਹੀ ਹੈ ਮੈਥ ਚੱਲ ਰਹੀ ਹੈ ਇੰਗਲਿਸ਼ ਦੀ ਚੱਲ ਰਹੀ ਹੈ ਰੀਜ਼ਨਿੰਗ ਦੀ ਕਲਾਸਾਂ ਚੱਲਦੀਆਂ ਨੇ ਇਸ ਚੈਨਲ ਦੇ ਉੱਪਰ ਤੁਹਾਨੂੰ ਸਾਰੀ ਕਲਾਸਾਂ ਦਾ ਪੀਡੀਐਫ ਕਿੱਥੇ ਮਿਲਦਾ ਹੈ ਪੰਜਾਬ ਇਗਜ਼ਾਮ ਰਿਜ਼ਲਟ ਗੁਰੂ ਦੇ ਟੈਲੀਗ੍ਰam ਚੈਨਲ ਤੇ ਮਿਲ ਜਾਂਦਾ ਹੈ ਤਾਂ ਆਪਣੀ ਤਿਆਰੀ ਰੱਖੋ ਇਹਦਾ ਪੀਡੀਐਫ एकदम ਫ੍ਰੀ ਆਫ ਕੋਸਟ ਹੈ ਤੇ ਸਬਸਕ੍ਰਾਈਬ ਕਰ ਲਓ ਚੈਨਲ ਜਨਰਲ ਹੈਲਥ ਐ ਸਬਸਕ੍ਰਾਈਬ ਨਹੀਂ ਕੀਤਾ ਕੋਈ ਵੀ ਲੇਟੈਸਟ ਇਨਫੋਰਮੇਸ਼ਨ ਹੁੰਦੀ ਹੈ ਪਤਾ ਰਸਾਇਨਸ ਸ਼ੇਅਰ ਜਰੂਰ ਕਰਦੇ ਆ ਤੇ ਸਾਰੇ ਸਾਰੇ ਆਮਨੇ ਆਂਦੀ ਰਵੇ ਸਬਸਕ੍ਰਾਈਬ ਕਰਨਾ ਹੈ ਚੈਨਲ ਜਿੰਨਾ ਹੋ ਸਕੇ ਇਸ ਇਨਫੋਰਮੇਸ਼ਨ ਨੂੰ ਸ਼ੇਅਰ ਕਰਨਾ ਹੈ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਜਿੰਨਾਂ ਨੂੰ ਬਈ ਲੋੜ ਹੈ ਇਹ ਚੀਜ਼ ਆਂਦੀ థాంਕ ਯੂ ਸੋ ਮਚ ਗਾਇਜ਼ ਬਾਏ ਟਾਈਮ ਟੇਕ ਕੇਅਰ ਗੁੱਡ ਬਾਏ